ਕੋਰਟ ਨੇ ਐਗਜੈਕਟਲੀ ਇਹਨਾਂ ਨੂੰ ਇਹ ਕਿਹਾ ਜੀ, ਇਹ ਆਰਡਰ ਹੈ ਕੋਰਟ ਦਾ ਕਿ ਮਿਨਿਸਟਰੀ ਆਫ ਡਿਫੈਂਸ ਹੈਜ਼ ਬੀ ਹੈਡ ਬੀਨ ਗ੍ਰਾਂਟਿਡ ਟਾਈਮ ਔਨ 7/11/2023 ਬਾਈ ਦਿਸ ਕੋਰਟ ਟੂ ਫਾਈਲ ਅ ਰਿਸਪੌਂਸ। ਅਨਦਰ ਓਪਰਚੁਨਿਟੀ ਵਾਜ਼ ਗਿਵਨ ਔਨ 13 ਡਿਸੰਬਰ। ਨਾਓ ਆਫਟਰ 13 ਡਿਸੰਬਰ ਇਨ ਜੁਲਾਈ ਦੇ ਆਰ ਅਗੇਨ ਆਸਕਿੰਗ ਫਾਰ ਟਾਈਮ। 30 ਜੁਲਾਈ ਨੂੰ ਲੱਗਾ ਸੀ ਜੀ। ਗਵਰਨਮੈਂਟ ਆਫ ਇੰਡੀਆ ਇਜ਼ ਗੋਇੰਗ ਵੈਰੀ ਸਲੋ ਐਂਡ ਸਟੇਟ ਗਵਰਨਮੈਂਟ ਤਾਂ ਚਾਹੁੰਦੀ ਨਹੀਂ ਹੋਵੇ ਬਿਕੋਜ਼ ਇੱਕ ਬਹੁਤ ਵੱਡੀ ਕੈਸ਼ ਕਾਓ ਹੈ। ਸੋ ਓਬਵੀਅਸਲੀ ਕਿ ਵੀ ਇਹਨਾਂ ਦੇ ਲਿੰਕ ਦਿੱਲੀ ਤੱਕ ਹੋਣਗੇ, ਮਿਨਿਸਟਰੀਆਂ ਨੂੰ ਇਹ ਰਿਪਲਾਈ ਨਹੀਂ ਫਾਈਲ ਕਰਨ ਦੇ ਰਿਹਾ ਜਿਹੜਾ ਮਾਫੀਆ ਹੈ। ਇਹ ਪੈਸਾ ਹਜ਼ਾਰਾਂ ਕਰੋੜ ਰੁਪਈਆ ਜਨਰੇਟ ਹੁੰਦਾ। ਸੋ ਓਬਵੀਅਸਲੀ ਕਰਪਸ਼ਨ ਸਾਡੇ ਦੇਸ਼ ਚ ਭਰੀ ਹੋਈ ਹੈ ਚਾਰੋ ਪਾਸੇ। ਸੋ ਦਿਸ ਇਜ਼ ਅ ਰਿਜ਼ਲਟ ਆਫ ਕਰਪਸ਼ਨ ਵਾਈ ਦੀ ਗਵਰਨਮੈਂਟ ਆਫ ਇੰਡੀਆ ਲਾਇਰਸ ਆਰ ਨਾਟ ਫਾਈਲਿੰਗ ਰਿਸਪੌਂਸ ਨੋਇੰਗ ਫੁੱਲੀ ਵੈਲ। ਕੋਰਟ ਨੇ ਪੁੱਛਿਆ ਸੀ ਕਿ ਜਿਹੜਾ ਸੀਮਾ ਬਾਰਡਰ ਲੱਗਦੀ ਹੈ 20 ਕਿਲੋਮੀਟਰ ਜਿਹੜਾ ਦਾਇਰਾ ਹੈ ਕਿ ਉੱਥੇ ਮਾਈਨਿੰਗ ਹੋ, 5 ਕਿਲੋਮੀਟਰ ਦਾ ਦਾਇਰਾ ਹੈ ਜੀ, ਜਿਹੜਾ ਗਾਈਡਲਾਈਨ ਸੀਗੇ ਸੁਪਰੀਮ ਕੋਰਟ ਦੇ, ਉਹ ਵੀ ਖੈਰ ਇੰਪਲੀਮੈਂਟ ਨਹੀਂ ਫਾਈਨਲੀ ਹੋਏ। ਉਹ ਵੀ ਚੀਜ਼ ਜਸਟਿਸ ਚਾਹ ਸਾਹਿਬ ਨੇ ਪੁਆਇੰਟ ਆਊਟ ਕੀਤੇ ਸੀ ਡਿਊਰਿੰਗ ਕੋਰਸ ਆਫ ਆਰਗੂਮੈਂਟਸ। ਪਰ 5 ਕਿਲੋਮੀਟਰ ਇਸ ਲਈ ਹੈ ਕਿ ਵੀ ਤੁਸੀਂ ਖੱਡੇ ਨਾ ਪੱਟੋ, ਕੱਲ ਨੂੰ ਆਰਮੀ ਨੂੰ ਲੋੜ ਹੈ, ਕੋਈ ਆਰਮਡ ਕਾਲਮ ਜਾਣਾ ਹੈ, ਇਨਫੈਂਟਰੀ ਡਿਵੀਜ਼ਨ ਨੇ ਕਰਨੀ ਹੈ, ਮਤਲਬ ਯੂ ਕੈਨਟ ਪਲੇ ਵਿਦ ਦਾ ਜੀਓਲੋਜੀ ਆਫ ਦੀ ਏਰੀਆ। ਤੁਸੀਂ ਖੱਡੇ ਕ੍ਰੀਏਟ ਕਰ ਦੋਗੇ, ਟੈਂਕਸ ਵੋਂਟ ਬੀ ਏਬਲ ਟੂ ਕ੍ਰੋਸ, ਮਤਲਬ ਯੂ ਆਰ ਕ੍ਰੀਏਟਿੰਗ ਆਬਸਟੈਕਲਸ ਫਾਰ ਦੀ ਇੰਡੀਅਨ ਆਰਮੀ। ਸੈਂਟਰ ਤੋਂ ਪੁਆਇੰਟ ਕੀ ਮੰਗਿਆ ਜੀ, ਜਿਹਦਾ ਜਵਾਬ ਦੇ ਰਹੀ ਆ ਰਹੀ ਹੈ? ਇਹ ਸੈਂਟਰ ਤੋਂ ਇਹ ਪੁੱਛ ਰਹੇ ਸੀ ਜੀ ਕਿ ਤੁਸੀਂ ਕੀ ਕਰ ਰਹੇ ਹੋ ਇਹਨੂੰ ਰੋਕਣ ਵਾਸਤੇ, ਕਿਉਂਕਿ BSF ਤੇ ਆਰਮੀ ਨੇ ਮੇਰੇ ਰਿਕੁਐਸਟ ਤੇ ਜਦ ਮੈਂ ਕੀਤੀ ਸੀ ਚਾਹ ਸਾਹਿਬ ਨੂੰ ਉਸ ਵੇਲੇ, ਉਹਨਾਂ ਨੇ ਮੈਂ ਕਿਹਾ ਜੀ ਬੈਸਟ ਰਿਸਪੌਂਸ ਆ ਉਹ ਦੇਣ ਕਿ ਮਾਈਨਿੰਗ ਹੋ ਰਹੀ ਹੈ ਨਹੀਂ ਹੋ ਰਹੀ। ਸਰਕਾਰਾਂ ਤਾਂ ਮੰਨਣਗੀਆਂ ਨਹੀਂ ਕਿਉਂਕਿ ਉਹਨਾਂ ਦੇ ਪੈਸੇ ਬਣਦੇ। ਸੇ ਆਰਮੀ BSF ਨੇ ਜਦ ਕਹਿ ਦਿੱਤਾ, ਉਹਦੇ ਬਾਅਦ ਤਾਂ ਫਰਜ਼ ਇਹਨਾਂ ਦਾ ਬਣਦਾ ਸੀ ਟੂ ਟੇਕ ਆਲ ਅਪਰੋਪਰੀਏਟ ਐਕਸ਼ਨਸ, ਉਹ ਵੀ ਨਹੀਂ ਲੈ ਰਹੇ। ਸੋ ਐਵਰੀਬਡੀ ਇਜ਼ ਪਲੇਇੰਗ ਵਿਦ ਦੀ ਸਿਕਿਉਰਿਟੀ ਆਫ ਦੀ ਨੇਸ਼ਨ। ਇਟ ਇਜ਼ ਅ ਮੈਟਰ ਆਫ ਨੈਸ਼ਨਲ ਇੰਪੋਰਟੈਂਸ। ਪਠਾਨਕੋਟ ਬੰਬਰ ਉਸੇ ਰਵੀਨ ਚੋਂ ਆਏ ਸਨ, ਉੱਥੇ ਇੱਕ ਵਾਈਲਡਲਾਈਫ ਸੈਂਚਰੀ ਹੈ ਜਿਹੜੀ ਖਤਮ ਹੋ ਗਈ ਹੈ, ਵਾਟਰ ਟੇਬਲ ਉਸ ਏਰੀਏ ਦਾ ਥੱਲੇ ਗਿਰ ਗਿਆ, 100-100 ਫੁੱਟ ਤੋਂ ਥੱਲੇ ਚਲੇ ਗਏ ਨੇ ਧਰਤੀ ਚੋਂ, ਇਲੀਗਲ ਕ੍ਰਸ਼ਰ ਉੱਥੇ ਲੱਗੇ ਹੋਏ ਨੇ, ਵੱਡੇ ਵੱਡੇ ਮਸ਼ੀਨਾਂ ਨਾਲ ਹੁੰਦੀ ਹੈ ਰਨਿੰਗ। ਇਹ ਮਾਧੋਪੁਰ ਹੈਡਵਰਕਸ ਤੋਂ ਲੈ ਕੇ ਇੰਟਰਨੈਸ਼ਨਲ ਬਾਰਡਰ ਤੱਕ ਹੈ ਜੀ। ਤੁਸੀਂ ਜੇ ਗੂਗਲ ਅਰਥ ਵੀ ਲਾਓਗੇ, ਯੂ ਵਿਲ ਬੀ ਏਬਲ ਟੂ, ਐਨੀ ਬਡੀ ਕੈਨ ਸੀ ਇਟ। ਉਹ ਇਹ ਨਹੀਂ ਕਹਿ ਸਕਦੇ ਕਿ ਸਾਡੀ ਨੌਲੇਜ 'ਚ ਨਹੀਂ ਹੈ। ਨਹੀਂ ਜੀ, ਅੰਮ੍ਰਿਤਸਰ ਨਹੀਂ ਜੀ, ਇਹ ਪਠਾਨਕੋਟ ਰਾਵੀ ਰਿਵਰ ਦਾ ਹੈ, ਔਰ ਉੱਥੇ ਕੋਈ ਵੀ ਨਹੀਂ ਕਹਿ ਸਕਦਾ ਗਵਰਨਮੈਂਟ ਆਫ ਇੰਡੀਆ ਦਾ ਬੰਦਾ। ਉਹਨਾਂ ਕੋਲ ਤਾਂ ਡਰੋਨ ਇੰਟੈਲੀਜੈਂਸ ਰਿਪੋਰਟਸ ਹੁੰਦੀਆਂ ਕਿ ਇਹ ਕਿਉਂ ਨਹੀਂ, ਐਕਸ਼ਨ ਕਿਉਂ ਨਹੀਂ ਕੋਈ ਲੈ ਕੇ ਰਹਾ ਸੀ। ਲਾਸਟ ਓਪਰਚੁਨਿਟੀ ਦਿੱਤੀ, ਹਾਂਜੀ ਲਾਸਟ ਦਿੱਤੀ, 20,000 ਕੋਸਟ ਲਈ ਹੈ, 30,000 ਲਾਈ ਸੀ ਸਰ ਜਿਹੜੇ ਵਕੀਲ ਸਾਹਿਬ ਨੇ, ਗੁਸਾਈ ਸਾਹਿਬ, ਇਹਨਾਂ ਨੇ ਫਿਰ ਰਿਕੁਐਸਟ ਕਰਕੇ ਕਟਵਾਈ ਹੈ, ਬਟ ਕੋਈ ਵੀ ਸੀਰੀਅਸਲੀ ਉਹਨੂੰ ਲੈ ਰਿਹਾ। ਕਦੋਂ ਹੀਅਰਿੰਗ ਹੈ ਜੀ ਹੁਣ ਲਾਸਟ? ਅਗਲੀ 22 ਅਗਸਤ ਨੂੰ ਹੈ। ਕੋਰਟ ਨੇ ਐਗਜੈਕਟਲੀ ਇਹਨਾਂ ਨੂੰ ਇਹ ਕਿਹਾ ਜੀ, ਇਹ ਆਰਡਰ ਹੈ ਕੋਰਟ ਦਾ ਕਿ ਮਿਨਿਸਟਰੀ ਆਫ ਡਿਫੈਂਸ ਹੈਜ਼ ਬੀ ਹੈਡ ਬੀਨ ਗ੍ਰਾਂਟਿਡ ਟਾਈਮ ਔਨ 7/11/2023 ਬਾਈ ਦਿਸ ਕੋਰਟ ਟੂ ਫਾਈਲ ਅ ਰਿਸਪੌਂਸ। ਅਨਦਰ ਓਪਰਚੁਨਿਟੀ ਵਾਜ਼ ਗਿਵਨ ਔਨ 13 ਡਿਸੰਬਰ। ਨਾਓ ਆਫਟਰ 13 ਡਿਸੰਬਰ ਇਨ ਜੁਲਾਈ ਦੇ ਆਰ ਅਗੇਨ ਆਸਕਿੰਗ ਫਾਰ ਟਾਈਮ। 30 ਜੁਲਾਈ ਨੂੰ ਲੱਗਾ ਸੀ ਜੀ। ਗਵਰਨਮੈਂਟ ਆਫ ਇੰਡੀਆ ਇਜ਼ ਗੋਇੰਗ ਵੈਰੀ ਸਲੋ ਐਂਡ ਸਟੇਟ ਗਵਰਨਮੈਂਟ ਤਾਂ ਚਾਹੁੰਦੀ ਨਹੀਂ ਹੋਵੇ ਬਿਕੋਜ਼ ਇੱਕ ਬਹੁਤ ਵੱਡੀ ਕੈਸ਼ ਕਾਓ ਹੈ। ਸੋ ਓਬਵੀਅਸਲੀ ਕਿ ਵੀ ਇਹਨਾਂ ਦੇ ਲਿੰਕ ਦਿੱਲੀ ਤੱਕ ਹੋਣਗੇ, ਮਿਨਿਸਟਰੀਆਂ ਨੂੰ ਇਹ ਰਿਪਲਾਈ ਨਹੀਂ ਫਾਈਲ ਕਰਨ ਦੇ ਰਿਹਾ ਜਿਹੜਾ ਮਾਫੀਆ ਹੈ। ਇਹ ਪੈਸਾ ਹਜ਼ਾਰਾਂ ਕਰੋੜ ਰੁਪਈਆ ਜਨਰੇਟ ਹੁੰਦਾ। ਸੋ ਓਬਵੀਅਸਲੀ ਕਰਪਸ਼ਨ ਸਾਡੇ ਦੇਸ਼ ਚ ਭਰੀ ਹੋਈ ਹੈ ਚਾਰੋ ਪਾਸੇ। ਸੋ ਦਿਸ ਇਜ਼ ਅ ਰਿਜ਼ਲਟ ਆਫ ਕਰਪਸ਼ਨ ਵਾਈ ਦੀ ਗਵਰਨਮੈਂਟ ਆਫ ਇੰਡੀਆ ਲਾਇਰਸ ਆਰ ਨਾਟ ਫਾਈਲਿੰਗ ਰਿਸਪੌਂਸ ਨੋਇੰਗ ਫੁੱਲੀ ਵੈਲ। ਕੋਰਟ ਨੇ ਪੁੱਛਿਆ ਸੀ ਕਿ ਜਿਹੜਾ ਸੀਮਾ ਬਾਰਡਰ ਲੱਗਦੀ ਹੈ 20 ਕਿਲੋਮੀਟਰ ਜਿਹੜਾ ਦਾਇਰਾ ਹੈ ਕਿ ਉੱਥੇ ਮਾਈਨਿੰਗ ਹੋ, 5 ਕਿਲੋਮੀਟਰ ਦਾ ਦਾਇਰਾ ਹੈ ਜੀ, ਜਿਹੜਾ ਗਾਈਡਲਾਈਨ ਸੀਗੇ ਸੁਪਰੀਮ ਕੋਰਟ ਦੇ, ਉਹ ਵੀ ਖੈਰ ਇੰਪਲੀਮੈਂਟ ਨਹੀਂ ਫਾਈਨਲੀ ਹੋਏ। ਉਹ ਵੀ ਚੀਜ਼ ਜਸਟਿਸ ਚਾਹ ਸਾਹਿਬ ਨੇ ਪੁਆਇੰਟ ਆਊਟ ਕੀਤੇ ਸੀ ਡਿਊਰਿੰਗ ਕੋਰਸ ਆਫ ਆਰਗੂਮੈਂਟਸ। ਪਰ 5 ਕਿਲੋਮੀਟਰ ਇਸ ਲਈ ਹੈ ਕਿ ਵੀ ਤੁਸੀਂ ਖੱਡੇ ਨਾ ਪੱਟੋ, ਕੱਲ ਨੂੰ ਆਰਮੀ ਨੂੰ ਲੋੜ ਹੈ, ਕੋਈ ਆਰਮਡ ਕਾਲਮ ਜਾਣਾ ਹੈ, ਇਨਫੈਂਟਰੀ ਡਿਵੀਜ਼ਨ ਨੇ ਕਰਨੀ ਹੈ, ਮਤਲਬ ਯੂ ਕੈਨਟ ਪਲੇ ਵਿਦ ਦਾ ਜੀਓਲੋਜੀ ਆਫ ਦੀ ਏਰੀਆ। ਤੁਸੀਂ ਖੱਡੇ ਕ੍ਰੀਏਟ ਕਰ ਦੋਗੇ, ਟੈਂਕਸ ਵੋਂਟ ਬੀ ਏਬਲ ਟੂ ਕ੍ਰੋਸ,
ਮਤਲਬ ਯੂ ਆਰ ਕ੍ਰੀਏਟਿੰਗ ਆਬਸਟੇਕਲਸ ਫਾਰ ਦੀ ਇੰਡੀਅਨ ਆਰਮੀ। ਸੈਂਟਰ ਤੋਂ ਪੁਆਇੰਟ ਕੀ ਮੰਗਿਆ ਜਿਹਦਾ ਜਵਾਬ ਦੇ ਰਹੀ ਆ ਰਹੀ ਹੈ? ਇਹ ਸੈਂਟਰ ਤੋਂ ਇਹ ਪੁੱਛ ਰਹੇ ਸੀ ਜੀ ਕਿ ਤੁਸੀਂ ਕੀ ਕਰ ਰਹੇ ਹੋ ਇਹਨੂੰ ਰੋਕਣ ਵਾਸਤੇ, ਕਿਉਂਕਿ BSF ਤੇ ਆਰਮੀ ਨੇ ਮੇਰੇ ਰਿਕੁਐਸਟ ਤੇ ਜਦ ਮੈਂ ਕੀਤੀ ਸੀ ਚਾਹ ਸਾਹਿਬ ਨੂੰ ਉਸ ਵੇਲੇ, ਉਹਨਾਂ ਨੇ ਮੈਂ ਕਿਹਾ ਜੀ ਬੈਸਟ ਰਿਸਪੋਂਸ ਆ ਉਹ ਦੇਣਗੇ ਕਿ ਮਾਈਨਿੰਗ ਹੋ ਰਹੀ ਹੈ ਨਹੀਂ ਹੋ ਰਹੀ, ਸਰਕਾਰਾਂ ਤਾਂ ਮੰਨਣਗੀਆਂ ਨਹੀਂ ਕਿਉਂਕਿ ਉਹਨਾਂ ਦੇ ਪੈਸੇ ਬਣਦੇ ਸੇ। ਆਰਮੀ BSF ਨੇ ਜਦ ਕਹਿ ਦਿੱਤਾ, ਉਹਦੇ ਬਾਅਦ ਤਾਂ ਫਰਜ਼ ਇਹਨਾਂ ਦਾ ਬਣਦਾ ਸੀ ਟੂ ਟੇਕ ਆਲ ਅਪਰੋਪਰੀਏਟ ਐਕਸ਼ਨਸ, ਉਹ ਵੀ ਨਹੀਂ ਲੈ ਰਹੇ। ਸੋ ਐਵਰੀਬਡੀ ਇਜ਼ ਪਲੇਇੰਗ ਵਿਦ ਦੀ ਸਿਕਿਉਰਿਟੀ ਆਫ ਦੀ ਨੇਸ਼ਨ, ਇਟ ਇਜ਼ ਅ ਮੈਟਰ ਆਫ ਨੈਸ਼ਨਲ ਇੰਪੋਰਟੈਂਸ। ਪਠਾਨਕੋਟ ਬੰਬਰ ਉਸੇ ਰਵੀਨ ਚੋਂ ਆਏ ਸਨ, ਉੱਥੇ ਇੱਕ ਵਾਈਲਡ ਲਾਈਫ ਸੈਂਚਰੀ ਹੈ ਜਿਹੜੀ ਖਤਮ ਹੋ ਗਈ ਹੈ, ਵਾਟਰ ਟੇਬਲ ਉਸ ਏਰੀਏ ਦਾ ਥੱਲੇ ਗਿਰ ਗਿਆ, 100-100 ਫੁੱਟ ਤਾਂ ਥੱਲੇ ਚਲੇ ਗਏ ਨੇ ਧਰਤੀ ਚੋਂ, ਇਲੀਗਲ ਕ੍ਰਸ਼ਰ ਉੱਥੇ ਲੱਗੇ ਹੋਏ ਨੇ, ਵੱਡੇ ਵੱਡੇ ਮਸ਼ੀਨਾਂ ਨਾਲ ਹੁੰਦੀ ਹੈ ਰਨਿੰਗ, ਇਹ ਮਾਧੋਪੁਰ ਹੈਡਵਰਕਸ ਤੋਂ ਲੈ ਕੇ ਇੰਟਰਨੈਸ਼ਨਲ ਬਾਰਡਰ ਤੱਕ ਹੈ ਜੀ। ਤੁਸੀਂ ਜੇ ਗੂਗਲ ਅਰਥ ਵੀ ਲਾਓਗੇ, ਯੂ ਵਿਲ ਬੀ ਏਬਲ ਟੂ, ਐਨੀਬਡੀ ਕੈਨ ਸੀ ਇਟ, ਉਹ ਇਹ ਨਹੀਂ ਕਹਿ ਸਕਦੇ ਕਿ ਸਾਡੀ ਨੌਲੇਜ 'ਚ ਨਹੀਂ ਹੈ। ਨਹੀਂ ਜੀ, ਅੰਮ੍ਰਿਤਸਰ ਨਹੀਂ ਜੀ, ਇਹ ਪਠਾਨਕੋਟ ਰਾਵੀ ਰਿਵਰ ਦਾ ਹੈ, ਔਰ ਉੱਥੇ ਕੋਈ ਵੀ ਨਹੀਂ ਕਹਿ ਸਕਦਾ ਗਵਰਨਮੈਂਟ ਆਫ ਇੰਡੀਆ ਦਾ ਬੰਦਾ, ਉਹਨਾਂ ਕੋਲ ਤਾਂ ਡਰੋਨ ਇੰਟੈਲੀਜੈਂਸ ਰਿਪੋਰਟਸ ਹੁੰਦੀਆਂ ਕਿ ਇਹ ਕਿਉਂ ਨਹੀਂ, ਐਕਸ਼ਨ ਕਿਉਂ ਨਹੀਂ ਕੋਈ ਲੈ ਕੇ ਰਾਜ਼ੀ। ਹਾਂਜੀ, ਲਾਸਟ ਦਿੱਤੀ 20,000 ਕੋਸਟ ਲਈ ਹੈ, 30,000 ਲਾਈ ਸੀ ਸਰ ਜਿਹੜੇ ਵਕੀਲ ਸਾਹਿਬ ਨੇ ਗੁਸਾਈ ਸਾਹਿਬ, ਇਹਨਾਂ ਨੇ ਫਿਰ ਰਿਕੁਐਸਟ ਕਰਕੇ ਕਟਵਾਈ ਹੈ, ਬਟ ਕੋਈ ਵੀ ਸੀਰੀਅਸ ਰੀਜ਼ਨ ਨੂੰ ਲੈ ਰਿਹਾ। ਕਦੋਂ ਹੀਅਰਿੰਗ ਹੈ ਜੀ ਹੁਣ? ਅਗਲੀ 22 ਅਗਸਤ ਨੂੰ ਹੈ।